हाँ जी मित्र प्यारे, गुड मॉर्निंग भाई। रात असी ते खेत ते मीह ने करती अल्लर थलर, कहिंदे हुंदे ने जिहनूं पाणी पाणी करता। सजरे ने कल तड़फण लग रहे थे सारे वी मीह नहीं पाउंदा। इक भाई होर गल्लबात, असीं 12 बजे रात सोया है, लाइट हो गई साडी फल्ट, नेरी आई है इस कारण। जदों भाई हुण उठ्या मैं, मेरे नाल यार चूही सौं गई यार, साली सौं भी आई गई वी कदे वी नहीं उठदी। ਬਬਲੀ ਆਇਆ ਸਵੇਰੇ ਚਾਹ ਲੈ ਕੇ, ਕਹਿੰਦਾ ਯਾਰ ਚੂਹੀ ਨਾਲ ਤਾਂ ਨਾ ਸੋਇਆ ਕਰ ਘੱਟੋ ਘੱਟ। ਹੋਰ ਬਾਈ ਅਕਲ ਕਾਨੀ ਆਉਣ ਲੱਗ ਰਿਹਾ ਵੀ ਸਾਰੀ ਰਾਤ ਮੈਂ ਚੂਹੀ ਨਾਲ ਸੁੱਤਾ ਰਿਹਾ ਯਾਰ। ਵਿਚਾਰੀ ਨੂੰ ਹੋਇਆ ਕੀ, ਸ਼ੌਂਕ ਗਿਆ ਮਰ ਗਿਆ ਨਾ ਬਲੀ, ਕਿਤਾਬ ਥੱਲੇ ਆ ਕੇ ਮਰ ਗਈ ਯਾਰ। ਸੁੱਕੀ ਜਾਂਦੀ ਸ਼ੌਂਕ, ਸੁੱਕੀ ਜਾਂਦੀ ਸ਼ੌਂਕ, ਠੰਡ ਚੜ੍ਹਦੀ ਹੈ ਨਜ਼ਾਰਾ ਜਾਂਦਾ, ਮਤਲਬ ਤੁਰਕੀ ਆ ਗਿਆ ਮੋਟਰਸਾਈਕਲ ਵੀ ਲਿਆ ਹੈਗਾ। ਆਹੋ ਕਿਉਂ ਮਿੱਕੇ, ਕੀ ਮਹਿਸੂਸ ਕਰਦਾ? ਬਸ ਲੈਟ ਆ ਜਾਏਗਾ ਰਾਤ ਜਾਂ, ਹੁਣ ਸਾਰਾ ਕਹਿੰਦਾ ਕੱਦੂ ਹੋ ਜੂ। ਹੈਂ ਕੱਲ ਤਾਂ ਮੱਚਣ ਲੱਗ ਰਿਹਾ ਸੀ, ਕਹਿੰਦਾ ਗਰਮੀ ਬਹੁਤ ਹੈ ਹੁਣ ਬਾਹਰ ਨਹੀਂ ਨਿਕਲਦਾ ਬਾਈ। ਆ ਤਾਂ ਚੱਕੋ ਯਾਰ, ਚੱਕੀ ਮੁਰੀ ਕਾ ਚਿਮਟੇ ਨਾਲ ਚੱਕ ਦੇ, ਕਿਤੇ ਉੱਠ ਜਾਵੇ। ਨਹੀਂ ਚੂਹੀਏ ਚਾਹ ਪੀਣੀ ਹੈ? ਨਾ ਇਹ ਨਹੀਂ ਉੱਠਦੀ, ਤਾਂ ਸਿੱਧੀ ਉਹਨਾਂ ਨਾਲ ਹੀ ਤਲਾਰ ਗਿਆ ਜਮਦੂਤਾਂ ਨਾਲ। ਮਿੱਤਰ ਪਹਿਰੋ, ਰਾਤ ਖੜਕਾ ਦੜਕਾ ਕੋਠੇ ਦੇ ਵਿੱਚ ਬਹੁਤ ਹੋਈ ਗਿਆ, ਅਤੇ ਜਦੋਂ ਸਵੇਰੇ ਦੇਖਿਆ ਚੂਹਾ ਕੀ ਚੂਹਾ ਬਾਬੇ, ਮੈਸ ਜਿੱਡਾ ਚੂਹਾ ਇੱਥੇ ਜਾ ਓਏ, ਗੱਡ ਉਹਨੂੰ ਹੈਰੀ ਪਲੂਣ ਹੈ, ਸਿਲੰਡਰ 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 ਦੇ ਪਿੱਛੇ ਸਿਲੰਡਰ ਦੇ ਪਿੱਛੇ ਅਮਨ ਚਾਹ ਨਾ ਬਾਹਰ ਕੱਢਦਾ। ਅੱਛਾ ਚੱਕ ਲਿਆ ਬਾਬੇ ਡੀ ਤੋਂ, ਭੈਣ ਦੇ ਮਾਮੇ ਨੇ ਗਾਹ ਪਾ ਰੱਖਿਆ ਸੀ ਰਾਤ, ਕਦੇ ਇੱਧਰ ਪੱਲੀ ਕਦੇ ਇੱਧਰ ਪੱਲੀ, ਕਿੰਨਾ ਖੁੱਲਾ ਕਿੰਨਾ ਇਹਦਾ ਨਾ। ਉਹ ਮਿੱਤਰ ਪੈਰੋ, ਮੈਸ ਤਾਂ ਜਿਹੜੀ ਹੈਗੀ ਤੀ ਇਹਦੇ ਨਾਲ ਕੱਟੀਆਂ ਮੱਛੀਆਂ ਵੀ ਤੀਆਂ, ਇਹਦਾ ਹੁਣ ਪਤਾ ਲੱਗਿਆ। ਹਾਂ ਕਦੇ ਮੋਟਰ ਸੜ ਗਈ, ਕਦੇ ਬੋਰ ਖੜ ਗਿਆ, ਕਦੇ ਪੈਂਦਾ ਸੋਕਾ, ਕਦੇ ਸਭ ਕੁਝ ਹੜ ਗਿਆ। ਅਤੇ ਮਿੱਤਰ ਲਾਈਟ ਆਈ, ਭੜੋਏ ਨਹੀਂ ਚੱਲੀ, ਸਲਿਆਬ ਗਈ, ਪਤਾ ਨਹੀਂ ਯਾਰ ਕੁਦਰਤ ਹੈ। ਉਹ ਕਿਸਾਨ ਯਾਰ ਕਿੱਥੇ ਨੇ ਜਿਹੜੇ ਬੰਦੂਕਾਂ ਬੰਦਾਖਾਂ ਵਾਲੇ ਨੇ ਜਿਹੜੇ ਫੈਰ ਫੂਰ ਕਰਦੇ ਨੇ ਯਾਰ, ਮੈਨੂੰ ਤਾਂ ਕਦੇ ਸੁਪਨਾ ਵੀ ਨਹੀਂ ਆਇਆ ਹੋਇਆ ਕਦੇ ਯਾਰ, ਹੈ ਨਾ। ਟ੍ਰਾਂਸਫਾਰਮ 'ਚ ਦਾਰੂ ਪਾਈ ਸੀ, ਉਹਦਾ ਕੰਮ ਹੋਇਆ ਸਾਡਾ, ਕੱਲ੍ਹ ਟ੍ਰਾਂਸਫਾਰਮ ਨੂੰ ਦਾਰੂ ਨਹੀਂ ਪਈ। ਹਾਂ ਬਾਈ ਕੱਲ੍ਹ ਟ੍ਰਾਂਸਫਾਰਮ ਨੂੰ ਦਾਰੂ ਪਈ ਤੇ ਉਹ ਤਾਂ ਕਰਕੇ ਤੇ ਕਰੰਟ ਜ਼ਿਆਦਾ ਆ ਗਿਆ। ਹੋਰ ਮਿੱਤਰ ਪੈਰੋ, ਮੋਟਰ ਨੂੰ ਪਤਾ ਨਹੀਂ ਕੀ ਹੋਇਆ, ਕੱਢੇ ਤੋਂ ਬਾਅਦ ਪਤਾ ਲੱਗੂ ਆ ਗਈ ਲੱਗਦਾ, ਹੈ ਨਾ। ਆ ਗਈ ਮੋਟਰ, ਆ ਗਈ। ਉਹ ਬਾਗੜੀ ਕੀ ਕਰਦਾ? ਓ ਕੀ ਕਰਦਾ, ਤੈਨੂੰ ਸਾਰਾ ਦਿਨ ਸਟੋਰੀਆਂ ਬਣਾਉਣ ਦੀ ਰਹਿੰਦੀ ਆ। ਤੂੰ ਕਰਦਾ ਕੀ ਐ? ਉਹਦਾ ਪੀਪਾ ਪਿਆਤੀ ਛੱਤ ਤੇ, ਫੇਰ ਤੇ ਮਿਸਤਰੀ ਕਹਿੰਦਾ ਤੁਸੀਂ ਲਿਆਏ, ਕਹਿੰਦਾ ਰਾਬਰ ਦੀ ਡਰਾਈਵਰੀ ਦਿਖਾ, ਡਰਾਈਵਰੀ ਆਉਤੀ, ਕਹਿੰਦਾ ਰਾਬਰ ਦੀ ਡਰਾਈਵਰੀ ਲਿਆਏ ਤੁਸੀਂ, ਕਹਿੰਦਾ ਜਿੱਥੇ ਤੁਹਾਡੇ ਜੋੜ ਨੇ ਦੋ ਉੱਥੇ, ਕਹਿੰਦਾ ਜੇ ਸਪਾਰਕ ਮਾਰ ਗਈਏ ਕਹਿੰਦਾ ਅੱਗ ਲੱਗ ਜੂਗੀ ਇਹਨੂੰ। ਅੱਛਾ ਮੈਂ, ਤੇ ਮੈਂ ਕਿਹਾ ਮੈਂ ਮੋਟਰ ਪਾਉਣਾ, ਠੀਕ ਹੈ ਇੱਧਰੋਂ ਲਾਈਟ ਵੀ ਆ ਗਈ, ਇੱਧਰੋਂ ਲਾਈਟ ਵੀ ਆ ਗਈ, ਹੁਣ ਚੜ੍ਹਦਾ ਮੈਂ ਟ੍ਰਾਂਸਫਾਰਮ ਤੇ, ਕੇਬਲ ਮੱਚ ਗਈ ਆਪਣੀ। ਆਹੋ ਠੀਕ ਹੈ ਚੜ੍ਹ। ਸਾਲੇ ਮੂੰਹ ਟੜ ਟੜ ਪਏ, ਇਹਨੇ ਮੂੰਹ ਖੁੱਲੇਗਾ ਤਾਂ ਰਹੇਗਾ। ਤੂੰ ਖਾ ਕੇ ਦੇਖ ਤਾ ਭਾਈ, ਤੂੰ ਵੀ ਚੰਗਾ ਖੁੱਲਾ ਰੱਖੇਗਾ। ਸਾਲਾ ਇਹ ਪਿਆ ਜਾਵੇ ਭਾਵੇਂ ਅਮਰੀਕਾ ਆਇਆ ਹੁੰਦਾ, ਦੇਖੀ ਕੱਡਾ ਪਿਆ ਮੈਂ ਜਾਨਵਰ ਹੋਲ ਲਾ ਦੇ ਚੱਕ ਚੱਕ ਨਾ, ਉਹ ਨਜ਼ਾਰੇ ਨਾਲ ਪਿਆ ਜਾਵੇ ਸੋਤੀ ਆਰਾਮ ਫਰਮਾਨ ਦੇ ਹੁਣ ਮਿਸਟਰੀ ਇੰਡੀਆ ਹੋਰੀ ਆਜ ਤੇਰੀ ਕਰ ਸਕਦੇ ਆਜ ਤੇਰੀ ਹੋਰ ਦੇਖ ਬੱਚੇ ਇਹਨਾਂ ਨੂੰ ਰਾਤ ਹੋਇਆ ਕੀ ਹੈ, ਕਾਹ ਪਈਆਂ ਇਹ ਬਰੈਟੀ ਟੂ ਬਰੈਟੀ ਵਰਗੀ, ਆ ਦੇਖੋ ਛੋਟੀ ਟੂ ਛੋਟੀ ਹੋਇਆ, ਦੇਖੋ ਕਿਆ ਸਟਾਈਲ ਬਣਦੇ ਨੇ। ਜਮੀ ਛੋਟਾ ਬਾਪ, ਇਹਨਾਂ ਦੀ ਬੁੜੀ ਕਿੱਧਰ ਗਈ, ਬੁੜੀ ਦਾ ਭਾਲ ਦੇ ਹਜੇ ਕਿੱਥੇ ਡੇਕ ਲਵੇ ਪਿਆ, ਉਹ ਬੁੜੀ ਹੋਣੀ ਓਏ, ਆ ਜਾਓ ਚੈੱਕ ਕਰੋ ਸਾਰੇ ਨਾ ਖੰਡਿਆ ਦੀ ਹੁਣ। ਓਏ ਆ ਪਿਆ ਇਹਨਾਂ ਦਾ ਵੱਡਾ ਬੁੜਾ ਤਾਂ ਓਏ, ਜਿਹੜਾ ਪਾਕਿਸਤਾਨ ਚੋਂ ਆਇਆ ਸੀ। ਓਹ ਥੋੜੀ ਥੋੜੀ ਆ ਪਿਆ,
ਉਹ ਤਾਂ ਬੁੜੀ ਆ ਫਿਰ ਉਹ ਬੁੜੀ ਆ ਜਿਹੜੀ ਤੇਰੇ ਲਵੇ ਉਹ ਕਾਂ ਨੂੰ ਬੁੜਾ ਆਇਆ ਦੇਖ ਚਿੱਤੜ ਇਹਦੇ ਗੁਆਂਢੀ ਨੂੰ ਵੀ ਚੱਕ ਲੋ ਇਹਦੇ ਨੂੰ ਮਾਰੇ ਰਾਸਤਾ ਨੀ ਆਉਣੀ ਪਿਆ ਬਾਈ ਹੁਣ ਕੀ ਬਣਦਾ ਰੱਬ ਨੂੰ ਡੰਗਾ ਦੇਗਾ ਇਹ ਤਾਂ ਇਹ ਕੌਣ ਹੈ ਫਿਰ ਇਹਨਾਂ ਦਾ ਇਹ ਕੋਈ ਗੁਆਂਢੀ ਮਾਰੇਗਾ ਗੁਆਂਢੀ ਮਾਰੇਗਾ ਆਕਸੀਜਨ ਦੇ ਮੂੰਹ ਨਾਲ ਮੂੰਹ ਲਾ ਕੇ ਖੋਲੀ ਉਹ ਜਿਉ ਜੂਗਾ ਕਹਿੰਦੇ ਨੀ ਹੁੰਦੇ ਕਹਿੰਦੇ ਜੇ ਬੰਦਾ ਮਤਲਬ ਤੜਫਣ ਲੱਗ ਰਿਹਾ ਹੋਵੇ ਉਹਦੇ ਨਾਲ ਮੂੰਹ ਨਾਲ ਮੂੰਹ ਲਾ ਕੇ ਆਕਸੀਜਨ ਦੇ ਮੈਨੂੰ ਦੇ ਦੇ ਯਾਰਾਂ ਇੱਕ ਕਰਦੇ ਜੇ ਦੀ ਟੰਗਾ ਤਾਂ ਹੋ ਗਿਆ ਫੇਰ ਇਹਨੂੰ ਕੌਣ ਦੇਊ ਆਕਸੀਜਨ ਉਹ ਪਤੰਦਰਾ ਕੀ ਗੱਲ ਹੈ ਅੱਧਾ ਮੂੰਹ ਚ ਪਾ ਕੇ ਸਾਹ ਦੇ ਦੇ ਜਾਂ ਤੂੰ ਬਾ ਇਹਨੂੰ ਜਿਆਦਾ ਕੰਮ ਕੌਣ ਕਾਲਾ ਇਹਨੂੰ ਤੈਨੂੰ ਸਹਾਬੀ ਹੈ ਓਏ ਮੈਂ ਤਾਂ ਮੇਰੀ ਗੱਲ ਸੁਣ ਠੀਕ ਨਹੀਂ ਹੈਗਾ ਮੇਰਾ ਮਾਹੌਲ ਹੈ ਮੇਰਾ ਮਾਹੌਲ ਤਾਂ ਠੀਕ ਨਹੀਂ ਕਦੂ ਕਰਨਾ ਕਦੂ ਕਰਨਾ ਮੈਂ ਰਾਤ ਦਾ ਨਹੀਂ ਰਹਿਆ ਇਹਨੂੰ ਚੱਲ ਚੱਕ ਹਸਪਤਾਲ ਚਲੇ ਕੇ ਜਾਏ ਹੈ ਹਸਪਤਾਲ ਲੈ ਕੇ ਜਾਏ ਜਿਉਂਦੇ ਤੂੰ ਚੱਕ ਮੁਰਦਾ ਘਰ ਮੈਂ ਚੱਕਿਆ ਚੱਲਦਾ ਹੋਏ ਤਾਂ ਮਰ ਕਿਵੇਂ ਗਏ ਇਹਨੇ ਸ਼ੌਕੀਆ ਮਰ ਗਏ ਰਾਤ ਤੂਫਾਨ ਆਇਆ ਹੋਣਾ ਮੈਨੂੰ ਲੱਗਦਾ ਇਹ ਬਾਹਰ ਕੰਮ ਕਰਦੇ ਤੇ ਆਪਦਾ ਘਰ ਪਾਉਂਦੇ ਤੇ ਤੂਫਾਨ ਆ ਗਿਆ ਜ਼ਹਿਰੀਲਾ ਤੂਫਾਨ ਆ ਗਿਆ ਜ਼ਹਿਰੀਲਾ ਲੱਕੜ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਚੱਲ 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 ਖੁੱਲ ਗਿਆ ਪਾਸ ਹੋ ਗਿਆ ਤੇਰਾ ਜਗਾੜ ਆਪਣੇ ਜਗਾੜ ਤਾਂ ਅਮਰੀਕਾ ਤੱਕ ਚੱਲਦੇ ਨੇ ਚੱਲ 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 ਖੁੱਲ ਗਿਆ ਹੁਣ ਇਹਨੂੰ ਹੱਥ ਨਾਲ ਨਹੀਂ ਗਿੜਾ ਆਉਂਦਾ ਟਰੰਪ ਕਹਿੰਦਾ ਸੀ ਕਹਿੰਦਾ ਉਰੇ ਆ ਜਾ ਅਮਰੀਕਾ 'ਚ ਹੋਰ ਕਹਿੰਦਾ ਜਹਾਜ਼ ਸਮਰਾਣੇ ਨੇ ਤੂੰ ਉਹ ਮੈਂ ਕਿਹਾ ਮੇਰੇ ਲਈ ਟਾਈਮ ਕਿੱਥੇ ਮੇਰੀਆਂ ਵੱਟਾਂ ਕੌਣ ਪਹੁੰਚੂਗਾ ਜਹਾਜ਼ਾਂ ਦੇ ਫਿਲਟਰ ਬਦਲਨੇ ਨੇ ਹੋਰ ਨਾਲੇ ਕਿਹਨਾਂ ਦਾ ਉਹਦੇ ਮੋਟਰਸਾਈਕਲ ਦੇ ਸ਼ੌਕਰ ਨਹੀਂ ਠੀਕ ਕਰੇ ਤੇ ਆ ਦੇ ਕੀ ਲੈ ਕੀ ਲੈ ਉਹਨੂੰ ਇਹਦਾ ਬੋਲ ਮਾਰ ਚਾਹ ਪੀ ਲੈ ਕਰਤਾ ਬੂਟੇ ਤੜਕੀ ਤੜਕੀ ਯਾਰ ਓਏ ਤਾਂ ਮਾਂ ਦੇਖੀ ਤੂੰ ਇਹ ਖੜੂਗੀ ਯਾਰ ਇੱਥੇ ਇਹ ਤਾਂ ਤੋ ਡਰਦੇ ਹੀ ਖੁੱਲ ਗਿਆ ਬਸ ਰਹਿਣ ਦੇ ਕਰਦਾ ਖੁੱਲ ਗਿਆ ਕਿਉਂ ਬੂਟੇ ਨੂੰ ਡਰਾਤਾ ਕੀ ਲਿਆ ਦਾ ਵੇ ਅੱਗੇ ਇਹ ਬੂਟੇ ਤੋਂ ਡਰਦਾ ਖੁੱਲ ਗਿਆ ਇਹ ਸੁਆਹ ਖੁੱਲ ਗਿਆ ਪਲਾਸਟਿਕ ਦੇ ਰੱਸੀ ਚੱਕੀ ਫਿਰਦੇ ਕਿਹਾਂ ਬੂਟੇ ਕਿਵੇਂ ਕਦੇ ਗਰਲਫ੍ਰੈਂਡ ਹਾਲਾ ਕੇ ਦੇਖ ਲੈ ਗਰੰਟੀ ਆ ਜੇ ਵਿਚਾਲੇ ਟੁੱਟ ਜੇ ਮਾਰ ਕੀ ਵਸਕਦੀ ਟੁੱਟ ਜੇ ਟਰੈਕਟਰ ਦੀ ਘਰੇ ਸਰਵਿਸ ਕਰਨ ਦੇ ਕੀ ਕੀ ਫਾਇਦੇ ਨੇ ਟਰੈਕਟਰ ਦੀ ਘਰੇ ਸਰਵਿਸ ਕਰਨ ਦੇ ਕੀ ਫਾਇਦੇ ਨੇ ਫਾਇਦੇ ਨੇ ਆ ਜਿਹੜਾ ਕਾਲਾ ਤੇਲ ਲਿਖੜੂ ਆ ਇਹ ਜਾਂਦਾ ਆਪਣੇ ਕੋਲ ਹੀ ਰਹਿ ਜਾਂਦਾ ਇਹ ਕਿੰਨਾ ਇਕੱਠਾ ਕਰਕੇ ਹੈ ਹੈ ਕਿੰਨਾ ਇਕੱਠਾ ਕਰਕੇ ਇਕੱਠਾ ਕਰਕੇ ਤੇਰਾ ਰੱਬ ਭਲਾ ਕਰੇ ਘੱਟੋ ਘੱਟ ਵੀ 5-7 ਹਜ਼ਾਰ ਲੀਟਰ ਦਾ ਹੋਊਗਾ ਜੀ ਅੱਛਾ ਹੋਰ ਕੀ ਫਿਰ ਵੇਚਿਆ ਹੁਣ ਤੱਕ ਕਦੋਂ ਨਹੀਂ ਹਜੇ ਤਾਂ ਸਾਂਭ ਰਿਹਾ ਪਹਿਲਾਂ 7-8 ਲੱਖ ਦਾ ਤਾਂ ਹੋ ਲਿਆਂਦਾ ਸੀ ਕੀ ਉਹ ਟਰਾਲਾ ਜਿਹਾ ਨਹੀਂ ਹੁੰਦਾ ਜਿਹੜਾ ਪੈਟਰੋਲ ਪੰਪ ਤੇ ਤੇਲ ਲਿਆ ਕਰਦੇ ਨੇ ਉਹ ਕੇਂਜਾ ਵੱਡਾ ਸਾਰਾ ਢੋਲ ਜਿਹਾ ਟਰੱਕ ਤੇ ਜਿਹੜਾ ਹੁੰਦਾ ਜਿਹੜਾ ਫਿਰ ਉਹਨੂੰ ਭਰਨ ਦੀ ਕੋਸ਼ਿਸ਼ ਕਰਦਾ ਵਾ ਥੋੜ੍ਹਾ ਜਿਹਾ ਉਹਨਾਂ ਰਹਿ ਗਿਆ ਬਸ ਇੱਕ ਉਂਗਲ ਉਹਨਾਂ ਰਹਿ ਗਿਆ ਅੱਛਾ ਹਾਂ ਫਿਰ ਵਿੱਚ ਕੇ ਆਇਆ ਉਹਨੂੰ ਫਿਰ ਵਿੱਚ ਕੇ ਆਉਂਗਾ ਬੜਾ ਤੇਲ ਇਕੱਠਾ ਕਰਿਆ ਤੇ ਲੈ ਕਰਨੀ ਪੈਂਦਾ ਫਿਰ ਬਿਜ਼ਨਸ ਹੈ ਤਾਂ ਆਪਣਾ ਤੇਲ ਵਾਲਾ ਹੋਰ ਲੈ ਕਾਲੇ ਤੇਲ ਵਾਲਾ ਬਿਜ਼ਨਸ ਹੈ ਉਹਨਾਂ ਦਾ ਪੀਪਾ ਭਰ ਗਿਆ ਅੱਛਾ ਹਾਂ ਇਹ ਪਾ ਕੇ ਮੈਨੂੰ ਲੱਗਦਾ ਬਸ ਭਰੇ ਜਾਊਗਾ ਉਹ ਢੋਲ ਜਾ ਫਿਰ ਬੰਬੇ ਵੇਚ ਕੇ ਆਵਾਂਗੇ ਠੀਕ ਹੈ ਬੰਬੇ ਵਾਲੇ ਪਤਾ ਨਹੀਂ ਕੀ ਕਰਦੇ ਨੇ ਉਹ ਨਹੀਂ ਸਮਝ ਆਇਆ ਬਸ
ਮੈਨੂੰ ਕਰੇ ਕਦੇ ਦੇਖਿਆ ਤੇ ਨਹੀਂ ਟਰੱਕ ਹੈ ਕਰੇ ਟਰੱਕ ਦੇਖਿਆ ਤੇ ਨਹੀਂ ਵਾਹ ਤੇਰੇ ਜੇ ਤੇਰੇ ਵਰਗੇ ਨੂੰ ਦੇਖਣ ਲੱਗਾ ਪੱਟ ਕੇ ਪੂਰੇ ਮੇਰੇ ਵਾਲੇ ਕਮਰੇ 'ਚ ਖੜਾਇਆ ਹੋਇਆ ਸਪੈਸ਼ਲ ਐਂ ਤੇਲ ਕੱਢ ਕੇ ਨਹੀਂ ਲੈ ਜਾਊਗਾ ਕੋਈ ਅੱਛਾ ਜੀ ਜੇ ਪਤਾ ਲੱਗ ਗਿਆ ਕਮਰੇ 'ਚ ਟਰੱਕ ਹੈ ਕਮਰੇ 'ਚ ਟਰੱਕ ਕਮਰੇ ਦੇ ਵਿੱਚ ਮੇਰੇ ਬੈੱਡਾਂ ਦੇ ਕੋਲ ਜਿੱਥੇ ਬੈੱਡ ਨਹੀਂ ਹੈਗੇ ਮੇਰੇ ਹਾਂ ਉੱਥੇ ਸਾਈਡ 'ਤੇ ਖੜਿਆ ਬੈੱਡਾਂ ਦੀ ਓਲ 'ਚ ਨਹੀਂ ਬੈੱਡ ਹੋ ਗਿਆ ਤੇਰੇ ਕੁੰਭਕਰਨ ਵਾਲੇ ਵਾਹ ਤੇਰੇ ਮਿੱਤਰ ਪਿਆਰੋ ਬੱਟ ਪਹੁੰਚ ਕੇ ਅਸੀਂ ਕਿਆ ਕਿਲਿਆਂ ਦੀ ਪਹੁੰਚ ਆਏ ਉਹ ਢਾਈ ਤੇ ਢਾਈ ਪੰਜ ਪੰਜ ਕਿਲਿਆਂ ਦੀ ਬੱਟ ਪਹੁੰਚ ਆਏ ਬੰਦੇ ਅਸੀਂ ਚਾਰ ਕਿ ਮਿੰਟਾਂ 'ਚ ਪੰਦਰਾਂ ਵੀਹ ਮਿੰਟ ਲੱਗੇ ਅਤੇ ਯਾਰ ਦਮ ਨਿਕਲ ਗਿਆ ਇੱਕ ਤਾਂ ਰਾਤ ਲਾਈਟ ਨੇ ਜਲ ਅਲਜਾਵਾਂ ਪਾਤਾ ਕਦੇ ਆ ਗਈ ਕਦੇ ਬੱਗੀ ਸਾਰੀ ਰਾਤ ਲੰਘ ਗਈ ਆਹ ਦਫ਼ਤਰਾਂ ਦਫ਼ਤਰਾਂ 'ਚ ਅਫਸਰਾਂ ਦਾ ਵੀ ਕੋਈ ਟਾਈਮ ਟੇਬਲ ਹੈ ਸਾਲਾ ਇੱਥੇ ਆਪਣਾ ਕੋਈ ਟਾਈਮ ਟੇਬਲ ਹੈ ਚੌਵੀ ਘੰਟੇ ਬਾਈ ਐਂ ਲੰਘੇ ਯਾਰ ਸਾਰੀ ਰਾਤ ਲੰਘੀ ਕੱਲ੍ਹ ਸਾਰਾ ਦਿਨ ਲੰਘ ਗਿਆ ਮੋਟਰ ਖਰਾਬ ਹੋ ਗਈ ਤੀ ਅੱਜ ਫਿਰ ਸਟਾਰਟ ਹੋ ਗਏ ਯਾਰ ਕੀ ਕਰੀਏ ਭਾਵੇਂ ਕੱਲ੍ਹ ਤਾਂ ਰੱਬ ਨੇ ਪਾਲਾ ਚੜ ਰੱਖਿਆ ਜੀ ਅੱਜ ਪਤੰਦਰ ਨੇ ਗਰਮੀ ਮਾਰ ਰੱਖਿਆ ਇਹਦਾ ਵੀ ਮੈਨੂੰ ਲੱਗਦਾ ਸਾਰੇ ਬੂਸ ਆ ਗਏ ਚ ਹੈਂ ਹੱਲ ਗਿਆ ਬੈਰਸ ਬੂਸ ਸਾਰੇ ਨੇ ਚ ਵੀ ਤੂੰ ਐਂ ਕਰ ਇੱਕ ਦਿਨ ਏਸੀ ਲਾ ਦਿੰਦਾ ਇੱਕ ਦਿਨ ਹੀਟਰ ਉਹ ਕੰਮ ਕਰਕੇ ਹੋਰ ਕੱਲ੍ਹ ਤਾਂ ਕੰਬਾ ਚੜ ਰੱਖਿਆ ਜੀ ਸੱਜਰੇ ਨੇ ਹੋਰ ਅੱਜ ਪਤੰਦਰ ਨੇ ਗਰਮੀ ਕੀ ਗਰਮੀ ਅੱਜ ਤਾਂ ਤਾਂ ਖਾਈ ਬਹੁਤ ਲੱਗਦਾ ਹੈ ਅੱਜ ਠੰਡ ਤਾਂ ਨਹੀਂ ਲੱਗਦੀ ਉਹ ਗਰ ਗਰਮੀ ਦੇ ਇੱਕ ਫਾਇਦਾ ਤਾਂ ਹੈਗਾ ਪਾਲਾ ਨਹੀਂ ਲੱਗਦਾ ਨਾ ਕੱਲ ਪਾਲਾ ਚੜ ਰਹੇ ਸੀ ਕੋਈ ਵੀ ਚੀਜ਼ ਦਾ ਫਾਇਦਾ ਤਾਂ ਹੈਗਾ ਨਾ ਸਰੀਰ ਤਾਂ